ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਦੋ ਅਲੱਗ ਅਲੱਗ ਭਾਗਾਂ ਵਿੱਚ ਨਿਕਲੀ ਹੋਈ ਭਰਤੀ ਦੇ ਬਾਰੇ ਵਿੱਚ। ਪੂਰੀ ਡਿਟੇਲ 'ਚ ਗੱਲ ਕਰਾਂਗੇ ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਔਰ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਰਹੇਗਾ। ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੀ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਔਰ ਬੈਲ ਬਟਨ ਜ਼ਰੂਰ ਦਬਾਉਣਾ ਕਿਸੇ ਵੀ ਗਵਰਨਮੈਂਟ ਜੋਬ ਦੇ ਨਵੇਂ ਨੋਟੀਫਿਕੇਸ਼ਨ ਦੇ ਲਈ, ਔਰ ਸਾਡੀ ਵੈਬਸਾਈਟ www.glory.com ਦੇ ਉੱਪਰ ਜ਼ਰੂਰ ਵਿਜ਼ਿਟ ਕਰਨਾ, ਜਿਹਦੇ ਵਿੱਚ ਡੇਲੀ ਬੇਸਿਸ 'ਤੇ ਜਿੰਨੀਆਂ ਵੀ ਨੋਟੀਫਿਕੇਸ਼ਨ ਆਊਟ ਹੁੰਦੇ ਨੇ ਅਸੀਂ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿੰਦੇ ਹਾਂ। ਉੱਥੋਂ ਚੈੱਕ ਕਰਕੇ ਤੁਸੀਂ ਸਟੈਪ ਬਾਏ ਸਟੈਪ ਫੋਲੋ ਕਰਕੇ ਅਪਲਾਈ ਕਰ ਸਕਦੇ ਹੋ। ਔਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਅਤੇ ਇਹ ਜਿਹੜੇ ਦੋ ਅਲੱਗ ਅਲੱਗ ਡਿਪਾਰਟਮੈਂਟ ਨੇ, ਇਹਨਾਂ ਦੀ ਸਭ ਤੋਂ ਪਹਿਲੇ ਡਿਪਾਰਟਮੈਂਟ ਦੀ ਅਗਰ ਅਸੀਂ ਗੱਲ ਕਰੀਏ, ਇਹ ਰਿਕਰੂਟਮੈਂਟ ਆਊਟ ਹੋਈ ਹੈ ਜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਈ ਹੈ। ਇਹ ਡਿਪਾਰਟਮੈਂਟ ਆਫ ਅਰਬਨ ਐਂਡ ਪਲੈਨਿੰਗ ਆਰਕੀਟੈਕਚਰ ਵਿੰਗ, ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ ਸੈਲਰੀ ਜਿਹੜੀ ਤੁਹਾਡੀ ਰਹੇਗੀ 15,600 ਤੋਂ ਲੈ ਕੇ 4,100 ਪਲੱਸ 7,600 ਤੁਹਾਡਾ ਗ੍ਰੇਡ ਪੇ ਰਹੇਗਾ। ਡੈਪਟੀ ਬੇਸ ਜਿਹੜੀ ਹੋਏਗੀ ਡੈਪੂਟੇਸ਼ਨ ਦੇ ਬੇਸਿਸ 'ਤੇ ਹੋਏਗੀ ਤੁਹਾਡੀ, ਠੀਕ ਹੈ ਜੀ। ਉਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਪਿਓਰਲੀ ਦੱਸਿਆ ਹੋਇਆ ਕਿ ਸਾਡੀ ਵੈਬਸਾਈਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜੋ ਕਿ ਮੈਂਸ਼ਨ ਕੀਤੀ ਹੋਈ ਹੈ। ਇਸ ਵੈਬਸਾਈਟ 'ਤੇ ਜਾਣਾ ਤੁਸੀਂ, ਉਹਦੇ 'ਚ ਪੂਰੀ ਡਿਟੇਲਸ, ਟਰਮਸ, ਕੰਡੀਸ਼ਨ, ਠੀਕ ਹੈ ਜੀ, ਉਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ, ਜੋ ਐਲੀਜੀਬਿਲਿਟੀ ਉਹ ਵੀ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ। ਸੋ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ, ਇੱਕ ਵਾਰੀ ਪ੍ਰੋਪਰ ਰੀਡ ਆਊਟ ਕਰ ਲੈਣਾ, ਉਹਦੇ 'ਚ ਉਹਨਾਂ ਨੇ ਪ੍ਰੋਪਰ ਦੱਸਿਆ ਹੋਇਆ ਹੈ ਕਿ ਕਿੱਦਾਂ ਤੁਸੀਂ ਫਿਲ ਕਰਨਾ ਹੈ। ਔਰ ਇਹ ਜਿਹੜੀ ਭਰਤੀ ਹੈ ਜੀ, ਇਹ ਭਰਤੀ ਹੈਗੀ ਹੈ ਜੀ ਆਰਕੀਟੈਕਟ ਦੀ ਗਰੁੱਪ ਏ ਦੀ ਭਰਤੀ ਹੈ। ਤੁਸੀਂ ਦੇਖ ਪਾ ਰਹੇ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਨੋਟੀਫਿਕੇਸ਼ਨ ਦੇ ਵਿੱਚ, ਠੀਕ ਹੈ ਜੀ। ਅਗਰ ਕੋਈ ਦਿੱਕਤ ਆਉਂਦੀ ਹੈ ਤੁਸੀਂ ਸਾਨੂੰ ਜਿਹੜੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ। ਹੁਣ ਅਸੀਂ ਗੱਲ ਕਰਾਂਗੇ ਸੈਕਿੰਡ ਜਿਹੜੀ ਰਿਕਰੂਟਮੈਂਟ ਆਊਟ ਹੋਈ ਹੈ ਜੀ ਉਹਦੀ। ਇਹਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਜਿਹੜਾ ਸੈਕਿੰਡ ਹੈਗੀ ਹੈ, ਇਹ ਜਿਹੜਾ ਔਰਗਨਾਈਜੇਸ਼ਨ ਆ ਪੰਜਾਬ ਸਟੇਟ ਬਾਇਓਟੈਕ ਕਾਰਪੋਰੇਸ਼ਨ ਹੈ। ਇਹਦੇ ਵਿੱਚ ਜਿਹੜੀ ਰਿਕਰੂਟਮੈਂਟ ਦੇ ਵਿੱਚ ਜਿਹੜੇ ਪੋਸਟ ਨੇਮ ਨੇ ਉਹਦੀ ਅਗਰ ਅਸੀਂ ਗੱਲ ਕਰੀਏ, ਸਭ ਤੋਂ ਪਹਿਲੀ ਪੋਸਟ ਹੈਗੀ ਜੀ ਪ੍ਰੋਜੈਕਟ ਮੈਨੇਜਰ ਦੀ ਔਰ ਪ੍ਰੋਜੈਕਟ ਐਸੋਸੀਏਟ ਦੀ। ਇਹਦੇ ਵਿੱਚ ਸੈਲਰੀ ਦੀ ਅਗਰ ਅਸੀਂ ਗੱਲ ਕਰੀਏ, ਪ੍ਰੋਜੈਕਟ ਮੈਨੇਜਰ ਦੀ ਸੈਲਰੀ ਜਿਹੜੀ 60,000 ਪਰ ਮੰਥ ਰਹੇਗੀ ਔਰ ਪ੍ਰੋਜੈਕਟ ਐਸੋਸੀਏਟ ਦੀ ਜਿਹੜੀ ਰਹੇਗੀ 22,000 ਪਰ ਮੰਥ ਰਹੇਗੀ। ਇਹਦੀ ਲਾਸਟ ਡੇਟ ਜਿਹੜੀ ਐਪਲੀਕੇਸ਼ਨ ਸਬਮਿਟ ਕਰਨ ਦੀ ਹੈਗੀ ਹੈ ਜੀ, ਉਹ ਹੈਗੀ ਹੈ 19/3/2020 ਰਹੇਗੀ। ਔਰ ਇਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਜੀ, ਇਹ ਜਿਹੜੀ ਹੈਗੀ ਹੈ ਇਹ ਤੁਹਾਡੇ ਕੋਲ ਜਿਹੜੀ ਹੋਏਗੀ, ਇਹਨਾਂ ਦਾ ਰਜਿਸਟਰਡ ਆਫਿਸ ਹੈਗਾ ਉਹ ਤੁਹਾਨੂੰ ਦੱਸਦਾ ਸੈਕਟਰ 81 ਮੋਹਾਲੀ। ਇਹਦੇ ਵਿੱਚ ਇਹ ਤੁਹਾਡੀ ਜਿਹੜੀ ਹੈ ਉਹ ਹੋਏਗੀ ਡੈਪੂਟੇਸ਼ਨ ਦੀ ਬੇਸਿਸ 'ਤੇ ਵੀ ਜਿਹੜੀ ਰਿਕਰੂਟਮੈਂਟ ਹੋਏਗੀ। ਇਹਦੇ ਵਿੱਚ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾਣਾ ਹੈ, ਜੋ ਕਿ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ। ਇਹਦੇ ਉੱਪਰ ਉਹਨਾਂ ਨੇ ਜਿਹੜੇ ਸਭ ਕੁਝ ਅਪਲੋਡ ਕੀਤਾ ਹੋਇਆ ਵੈਬਸਾਈਟ ਦੇ ਉੱਪਰ। ਔਰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜਿੱਦਾਂ ਤੁਸੀਂ ਅਪਲਾਈ ਕਰਨਾ, ਅਪਲਾਈ ਕਰਨ ਲਈ ਤੁਸੀਂ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਵਧੇਰੀ ਜਾਣਕਾਰੀ ਮਿਲ ਜਾਏਗੀ। ਅਗਰ ਤੁਹਾਨੂੰ ਫਿਰ ਵੀ ਕੋਈ ਦਿੱਕਤ ਆਉਂਦੀ ਹੈ, ਤੁਸੀਂ ਸਾਨੂੰ ਮੈਸੇਜ ਕਰਕੇ ਕਨਫਰਮ ਕਰ ਸਕਦੇ ਹੋ, ਅਸੀਂ ਤੁਹਾਨੂੰ ਉਹਦੇ ਵਿੱਚ ਜਿਹੜਾ ਰਿਪਲਾਈ ਕਰ ਦਾਂਗੇ। ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤਾਂ ਕਿ ਉਹ ਵੀ ਅਪਲਾਈ ਕਰ ਸਕਣ। ਮਿਲਦੇ ਆ ਅਗਲੀ ਵੀਡੀਓ ਵਿੱਚ।